ਅਗਰ ਇੱਕ ਭੀੜ 'ਚ ਤੁਸੀਂ ਭੀੜ ਦਾ ਹਿੱਸਾ ਹੋ ਅਤੇ ਤੁਸੀਂ ਕੁਛ ਨਹੀਂ ਹੋ, ਉਸ ਭੀੜ 'ਚ ਤੁਹਾਡਾ ਕੰਮ ਬਾਕੀਆਂ ਨਾਲੋਂ ਅਲੱਗ ਕਿਵੇਂ ਦਿਖ ਰਿਹਾ ਹੈ, ਉਹ ਵੈਲਿਊ ਕਰ। ਸੋ ਟੈਲੈਂਟ ਨੂੰ ਨਿਖਾਰਨਾ ਔਰ ਅੱਗੇ ਵਧਾਉਣਾ ਔਰ ਆਪਣੇ ਆਪ ਨੂੰ ਉਸ ਮਿਹਨਤ ਔਰ ਲਗਨ ਦੇ ਨਾਲ ਪੇਸ਼ ਕਰਕੇ ਰਿਜ਼ਲਟ ਦੇਣਾ, ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਜਿਹੜਾ ਇਨਸਾਨ ਇਹ ਕਰ ਜਾਂਦਾ ਉਹਦੇ ਫੇਲ ਹੋਣ ਦਾ ਕੋਈ ਸਵਾਲ ਹੀ ਨਹੀਂ, ਮਤਲਬ ਹੀ ਨਹੀਂ ਕਿ ਉਹ ਫੇਲ ਹੋ ਜਾਵੇ। ਥੈਂਕ ਯੂ, ਬਹੁਤ ਵਧੀਆ ਲੱਗਿਆ ਜੀ ਜੋਸ਼ ਦੀ ਟੌਕ 'ਚ ਆ ਕੇ। ਲੇਕਿਨ ਇਸ ਜੋਸ਼ ਨੂੰ ਮੈਂ ਥੋੜ੍ਹਾ ਜਿਹਾ ਅੱਗੇ ਵਧਾਵਾਂਗਾ ਔਰ ਮੇਰੀ ਜ਼ਿੰਦਗੀ ਦਾ ਮੋਟੋ ਹੈ ਜੋਸ਼, ਜਜ਼ਬਾ, ਜਨੂਨ। ਜਦੋਂ ਅਸੀਂ ਇਹ ਤਿੰਨਾਂ ਚੀਜ਼ਾਂ ਨੂੰ ਜੋੜ ਦਿੰਦੇ ਹਾਂ ਤਾਂ ਆਦਮੀ ਦਾ ਆਪਣਾ ਜੋ ਕਿਰਦਾਰ ਹੁੰਦਾ, ਉਹਦਾ ਜੋ ਸਟਰਗਲ ਹੁੰਦਾ ਉਹ ਸ਼ਾਇਦ ਪੂਰਾ ਹੋ ਜਾਂਦਾ। ਅਗਰ ਤੁਸੀਂ ਸਾਰੇ ਵੀ ਆਪਣੇ ਜੀਵਨ 'ਚ ਇਹ ਤਿੰਨਾਂ ਸ਼ਬਦਾਂ ਨੂੰ ਜੋੜ ਦਿਓਗੇ ਤਾਂ ਸ਼ਾਇਦ ਤੁਹਾਨੂੰ ਲੱਗੇਗਾ ਕਿ ਜੋ ਤੁਸੀਂ ਹਾਸਿਲ ਕਰਨਾ ਚਾਹੁੰਦੇ ਹੋ ਜਾਂ ਜੋ ਤੁਹਾਡਾ ਏਮ ਹੈ ਉਹ ਸ਼ਾਇਦ ਪੂਰਾ ਹੋ ਰਿਹਾ ਹੈ। ਔਰ ਅਗਰ ਮੈਂ ਇਹ ਵੀ ਕਹਾਂ ਕਿ ਇਹਨਾਂ ਤਿੰਨਾਂ ਲਫ਼ਜ਼ਾਂ ਤੋਂ ਬਿਨਾਂ ਸਾਡੀ ਜ਼ਿੰਦਗੀ ਅਧੂਰੀ ਹੈ। ਸੋ ਹਰ ਆਦਮੀ ਆਪਣੇ ਅੰਦਰ ਇਹ ਦੇਖੇ ਕਿ ਜੋਸ਼, ਜਜ਼ਬਾ ਔਰ ਜਨੂਨ ਮੇਰੇ ਅੰਦਰ ਹੈ ਜਾਂ ਨਹੀਂ ਹੈ। ਮੇਰੇ ਅੰਦਰ ਇਹ ਹੈ ਔਰ ਇਹ ਕੋਈ ਆਦਮੀ ਨਹੀਂ ਲੈ ਕੇ ਆਇਆ, ਇਹਦੇ ਲਈ ਸਟਰਗਲ ਕਰਨਾ ਪਿਆ, ਇੱਕ ਲੰਬੀ ਲੜਾਈ ਸੀ। ਮੇਰਾ ਨਾਮ ਜਗਵਿੰਦਰ ਪਟਿਆਲ ਹੈ, ਮੈਂ ਇੱਕ ਜਰਨਲਿਸਟ ਹਾਂ ਔਰ ਜਰਨਲਿਸਟ ਬਣਨ ਲਈ ਹਰ ਆਦਮੀ ਸੋਚਦਾ ਹੈ ਕਿ ਮਿਹਨਤ ਕਾਫੀ ਹੁੰਦੀ ਹੈ, ਮਿਹਨਤ ਤੋਂ ਇਲਾਵਾ ਕੀ ਚੀਜ਼ਾਂ ਜ਼ਰੂਰੀ ਹੈ, ਉਹਦੇ 'ਤੇ ਵੀ ਚਾਨਣਾ ਪਾਉਣਾ ਬੜਾ ਜ਼ਰੂਰੀ ਹੈ। ਮੈਂ 17 ਸਾਲ ਦਾ ਸੀ ਸਿਰਫ ਜਦੋਂ ਮੇਰੇ ਫਾਦਰ ਸਾਹਿਬ ਦੀ ਇੱਕ ਟੈਰੋਰਿਸਟ ਅਟੈਕ 'ਚ ਡੈਥ ਹੋ ਗਈ। ਪਲੱਸ ਟੂ ਪਾਸ ਕੀਤੀ ਸੀ, ਇਹ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਹੁਣ ਜ਼ਿੰਦਗੀ 'ਚ ਪੜ੍ਹਾਈ ਦੇ ਨਾਲ ਨਾਲ ਹੋਰ ਜ਼ਿੰਮੇਦਾਰੀਆਂ ਕਿਵੇਂ ਅੱਗੇ ਲੈ ਕੇ ਜਾਊਂਗਾ। ਮੇਰੇ ਮਾਤਾ ਜੀ ਸੀ, ਮੇਰੇ ਇੱਕ ਬ੍ਰਦਰ ਸੀ ਮੇਰੀ ਫੈਮਿਲੀ 'ਚ, ਸੋ ਬੱਚਾ ਸੀ ਮੈਂ, ਇੱਕ ਬਿਲਕੁਲ ਨਿਆਣਾ ਸੀਗਾ। ਸੋਚ ਕੇ ਅੱਜ ਦੁਨੀਆ ਮੈਨੂੰ ਇੱਕ ਸਵਾਲ ਪੁੱਛਦੀ ਆ ਹਰ ਜਗ੍ਹਾ ਕਿ ਤੁਸੀਂ ਕਦੋਂ ਠਾਣ ਲਿਆ ਸੀ ਕਿ ਜਰਨਲਿਸਟ ਬਣਨਾ ਹੈ। ਮੈਂ ਠਾਣਿਆ ਹੀ ਨਹੀਂ ਸੀ ਕਿ ਮੈਂ ਜਰਨਲਿਸਟ ਬਣਨਾ ਹੈ, ਕੋਈ ਸੋਚ ਹੀ ਨਹੀਂ ਸੀ। ਪੜ੍ਹਾਈ ਕੀਤੀ, ਗ੍ਰੈਜੂਏਸ਼ਨ ਕੀਤੀ, ਪੰਜਾਬ ਯੂਨੀਵਰਸਿਟੀ ਤੋਂ ਪੋਸਟ ਗ੍ਰੈਜੂਏਸ਼ਨ ਕੀਤੀ। ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਇੱਕ ਵਾਰ ਕਿਸੇ ਅਫਸਰ ਨਾਲ ਇੱਕ ਇੰਟਰੈਕਸ਼ਨ ਹੋਇਆ, ਉਹਨੇ ਕਿਹਾ ਕਿ ਯਾਰ ਤੈਨੂੰ ਜਰਨਲਿਜ਼ਮ ਕਰਨਾ ਚਾਹੀਦਾ ਹੈ। ਇੱਕ ਬੱਚਾ ਜਿਹਦੀ ਸਾਰੀ ਬੈਕਗਰਾਊਂਡ ਪੁਲਿਸ ਔਰ ਆਰਮੀ ਦੀ ਸੀ, ਮੇਰੇ ਫਾਦਰ ਸਾਹਿਬ ਨੇ ਪਹਿਲੇ ਆਰਮੀ 'ਚ ਜੋਬ ਕੀਤੀ, ਦੈਨ ਉਹਨਾਂ ਨੇ ਚੰਡੀਗੜ੍ਹ ਪੁਲਿਸ ਜੁਆਇਨ ਕੀਤੀ ਜਦੋਂ ਉਹਨਾਂ ਦਾ ਟੈਰੋਰਿਸਟ ਅਟੈਕ 'ਚ ਡੈਥ ਹੋਈ। ਸੋ ਮੈਨੂੰ ਇਹ ਨਹੀਂ ਸਮਝ ਲੱਗ ਰਿਹਾ ਸੀ ਕਿ ਯਾਰ ਜਰਨਲਿਸਟ ਕਰਦੇ ਕੀ ਹੈ। ਪਹਿਲੀ ਵਾਰੀ ਮੈਨੂੰ ਇਹੀ ਨਹੀਂ ਪਤਾ ਸੀ ਕਿ ਜਰਨਲਿਸਟ ਕੀ ਕੁਛ ਕਰਦਾ। ਅਖਬਾਰਾਂ ਪੜ੍ਹਦੇ ਸੀ, ਮੈਂ ਕਿਹਾ ਅਖਬਾਰਾਂ ਲਿਖਣ ਵਾਲੇ ਤਾਂ ਐਵੇਂ ਹੁੰਦੇ ਹੋਣੇ, ਘਰੋਂ ਘਰੋਂ ਭੇਜ ਦਿੰਦੇ ਹੋਣੇ। ਇੱਕ ਛੋਟੇ ਜਿਹੇ ਅਖਬਾਰ 'ਚ, ਈਵਨਿੰਗ ਅਖਬਾਰ 'ਚ, ਮੈਂ ਕਿਹਾ ਸਿੱਖਿਆ ਤਾਂ ਜਾਵੇ ਯਾਰ, ਆਖਿਰਕਾਰ ਖਬਰਾਂ ਲਿਖੀਆਂ ਕਿਵੇਂ ਹੈ। ਮੈਂ ਇੱਕ ਸੀਕੁਐਂਸ ਸੋਚਿਆ, ਮੈਂ ਕਿਹਾ ਇਹਨੂੰ ਲਿਖਣਾ ਹੋਏ ਤਾਂ ਮੈਂ ਪਹਿਲੀ ਲਾਈਨ ਕੀ ਲਿਖਾਂਗਾ। ਮੈਨੂੰ ਪਹਿਲੀ ਲਾਈਨ 15 ਮਿੰਟ ਸਮਝ ਹੀ ਨਹੀਂ ਆਈ ਕਿ ਇਹ ਇੰਸੀਡੈਂਟ ਹੋਇਆ, ਇਹਦੀ ਪਹਿਲੀ ਲਾਈਨ ਕੀ ਹੋਏਗੀ। ਮੈਂ ਇੱਕ ਈਵਨਿੰਗ ਅਖਬਾਰ 'ਚ ਗਿਆ ਔਰ ਬਿਨਾਂ ਆਪਣੀ ਆਈਡੈਂਟੀ ਦਿੱਤੇ, ਬਿਨਾਂ ਕੁਛ ਜ਼ਿਆਦਾ ਦੱਸੇ, ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਲਿਖਣਾ ਸਿੱਖਣਾ ਹੈ, ਤੁਸੀਂ ਮੈਨੂੰ ਕੰਮ ਸਿਖਾ ਦਿਓ। 1500 ਰੁਪਇਆ 97 ਜੁਲਾਈ 'ਚ ਮੇਰੀ ਸੈਲਰੀ ਸੀ, 1500 ਰੁਪਇਆ ਪਹਿਲੇ ਮਹੀਨੇ ਦੀ ਤਨਖਾਹ ਸੀ। ਲੇਕਿਨ ਤਨਖਾਹ ਇਸ਼ੂ ਨਹੀਂ ਸੀ, ਉਦੋਂ ਸੀ ਵੀ ਯਾਰ ਜੇ ਜਰਨਲਿਸਟ ਬਣਨਾ, ਸਕਸੈਸ ਹੋਣਾ, ਪੜ੍ਹਾਈ ਕਰ ਲਈ, ਪੜ੍ਹਾਈ ਪੂਰੀ ਹੋਣ ਤੋਂ ਬਾਅਦ ਆਖਿਰਕਾਰ ਇਸ ਲਾਈਨ 'ਚ ਵਧਿਆ ਕਿਵੇਂ ਜਾਵੇ। ਸੋ ਪਹਿਲਾ ਲੈਸਨ ਮੈਂ ਇਹ ਲਰਨ ਕੀਤਾ ਕਿ ਅਖਬਾਰ ਚਾਹੇ ਛੋਟਾ ਹੋਏ ਚਾਹੇ ਵੱਡਾ ਹੋਏ, ਜਾਨ ਮਾਰ ਕੇ ਕੰਮ ਕੀਤੀ ਮੈਂ 7-8 ਮਹੀਨੇ ਬਾਅਦ ਜਨਸੱਤਾ ਅਖਬਾਰ ਨਿਕਲਦਾ ਸੀ ਇੰਡੀਅਨ ਐਕਸਪ੍ਰੈਸ ਗਰੁੱਪ ਦਾ ਚੰਡੀਗੜ੍ਹ ਤੋਂ, ਉਹਨਾਂ 'ਚ ਇੱਕ ਵੈਕੈਂਸੀ ਖਾਲੀ ਹੋਈ, ਉਹਨਾਂ ਨੇ ਪੋਸਟ ਐਡਵਰਟਾਈਜ਼ ਕੀਤੀ, ਮੈਂ ਜਾ ਕੇ ਉੱਥੇ ਇੰਟਰਵਿਊ ਦਿੱਤਾ, ਰਿਟਨ ਟੈਸਟ ਦਿੱਤਾ। ਇੱਕ ਮਹੀਨੇ ਬਾਅਦ ਮੈਨੂੰ ਕਾਲ ਆਈ ਕਿ ਤੁਸੀਂ ਸਿਲੈਕਟ ਹੋ ਗਏ। ਸੋ ਉਹ ਮੇਰੇ ਲਈ ਜ਼ਿੰਦਗੀ ਦਾ ਇੱਕ ਬੜਾ ਵਧੀਆ ਅਹਿਸਾਸ ਸੀ, ਅਨੁਭਵ ਸੀ। ਮੈਨੂੰ ਲੱਗਿਆ ਕਿ ਯਾਰ ਸ਼ਾਇਦ ਇਸ ਲਾਈਨ 'ਚ ਮੈਂ ਪਹਿਲਾ ਸਟੈਪ ਪੜ ਲਿਆ। 2005 10 ਅਗਸਤ 2005 ਨੂੰ ਸਟਾਰ ਟੀ ਵੀ ਦੀ ਪੋਸਟ ਦਾ ਇੱਕ ਐਡਵਰਟੀਜ਼ਮੈਂਟ ਆਈ ABP ਨਿਊਜ਼ 'ਚ, ਹੁਣ ਮੈਂ ਐਗਜੈਕਟਿਵ ਐਡੀਟਰ ਹਾਂ, ਉਦੋਂ ਸਟਾਰ ਨਿਊਜ਼ ਹੁੰਦਾ ਸੀ, 2012 ਤੋਂ ਪਹਿਲਾਂ ਸਟਾਰ ਨਿਊਜ਼ ਨਾਮ ਸੀ। 11 ਲੋਕਾਂ ਨੇ ਇੰਟਰਵਿਊ ਦਿੱਤੇ, ਖੁਸ਼ਕਿਸਮਤੀ ਰਹੀ ਮੈਂ ਉਹਨਾਂ 'ਚ ਸਿਲੈਕਟ ਹੋਇਆ 3 ਰਾਊਂਡ ਕਲੀਅਰ ਕਰਕੇ ਇੰਟਰਵਿਊ ਦੇ। ਹੁਣ ਮੈਂ ਰਿਵਰਸ ਲੈ ਕੇ ਜਾਂਦਾ ਆਪਣੀ ਪਿੱਛੇ ਗੱਲ 'ਚ ਕਿ ਆਦਮੀ ਅਗਰ ਇਹ ਠਾਣ ਲਏ, ਇੱਕ ਬੰਦਾ ਜਿਹਨੂੰ ਇਹ ਨਹੀਂ ਪਤਾ ਕਿ ਪਲੱਸ ਟੂ ਤੋਂ ਬਾਅਦ ਮੈਂ ਕਿਹੜੀ ਲਾਈਨ ਜਾਣਾ ਹੈ, ਬੈਕਗਰਾਊਂਡ ਉਹਦੀ ਉਹ ਹੈ ਨਹੀਂ, ਉਹਨੇ ਡਿਸਾਈਡ ਕਰ ਲਿਆ
ਔਰ ਮੈਂ ਆਪਣੇ ਆਪ ਨੂੰ 1997 ਜੁਲਾਈ ਤੋਂ ਲੈ ਕੇ 2002 ਤੱਕ ਮੈਂ ਐਸਟੈਬਲਿਸ਼ ਕਰ ਚੁੱਕਿਆ ਸੀ। ਸੋ ਇਹ ਮੇਰੇ ਉਸ ਦੌਰ ਦੀ ਕਹਾਣੀ ਹੈ ਔਰ ਇਸ ਦੌਰ 'ਚ ਮੈਂ ਕਿਵੇਂ, ਮੈਨੂੰ ਖੁਸ਼ੀ ਕਿਵੇਂ ਮਹਿਸੂਸ ਹੋਈ। ਮੈਂ ਹਰ ਟਾਈਮ ਬਿਜ਼ੀ, ਹਰ ਟਾਈਮ ਅੱਜ ਬਾਈ ਲਾਈਨ ਜਾਣੀ ਚਾਹੀਦੀ ਹੈ, ਅੱਜ ਮੇਰੀ ਸਟੋਰੀ ਫਰੰਟ ਪੇਜ ਹੋਣੀ ਚਾਹੀਦੀ ਹੈ, ਬਸ ਮਿਹਨਤ। ਔਰ ਰਾਤ ਨੂੰ ਕਈ ਵਾਰੀ 11 ਵਜੇ ਦਫ਼ਤਰ ਤੋਂ ਆਉਣਾ, ਜਰਨਲਿਸਟਾਂ ਦੀ ਲਾਈਫ ਜਿਹੜੀ ਹੈ ਨਾ ਉਹ ਰਾਤ ਤੱਕ ਚੱਲਦੀ ਹੈ। 11 ਵਜੇ ਆਉਣਾ, 11 ਵਜੇ 10 ਮਿੰਟ ਘਰ ਗੱਲ ਕਰਨੀ, ਘਰ ਗੱਲ ਕਰਨ ਤੋਂ ਬਾਅਦ ਮੈਂ ਫਿਰ ਕਹਿਣਾ ਕਿ ਮੈਂ ਦੁਬਾਰਾ ਕੰਮ ਲਈ ਜਾ ਰਿਹਾ। ਹਰ ਇਨਸਾਨ ਸਹਾਰਾ ਲੱਭਦਾ ਹੈ ਜ਼ਿੰਦਗੀ 'ਚ, ਇੱਕ ਜਰਨਲਿਸਟ ਵੀ ਸਹਾਰਾ ਲੱਭਦਾ ਹੈ, ਲੇਕਿਨ ਬਿਨਾਂ ਸਹਾਰੇ ਤੋਂ ਤੁਸੀਂ ਆਪਣੀ ਬੁੱਧੀ ਦਾ ਇਸਤੇਮਾਲ ਕਰਕੇ, ਆਪਣੀ ਸਮਝ ਬੂਝ ਦਾ ਇਸਤੇਮਾਲ ਕਰਕੇ ਕਿਵੇਂ ਅੱਗੇ ਵੱਧ ਸਕਦੇ ਹੋ, ਇਹ ਇਸ ਕਹਾਣੀ ਤੋਂ ਤੁਹਾਨੂੰ ਸਮਝ ਆ ਜਾਏਗਾ, ਜਾਂ ਇਹ ਮੇਰੀ ਹਕੀਕਤ ਤੋਂ ਤੁਹਾਨੂੰ ਸਮਝ ਆ ਜਾਏਗਾ। ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੁੰਦੀ ਜੇ ਤੁਸੀਂ ਆਪਣੇ ਮਨ 'ਚ ਇਹ ਤੈਅ ਕਰ ਲਿਆ ਕਿ ਮੈਂ ਇਹ ਕਰਨਾ ਹੀ ਕਰਨਾ ਹੈ। ਹੁਣ ਜਦੋਂ ਮੇਰੀ ਵਰਕਿੰਗ ਟੈਲੀਵਿਜ਼ਨ ਦੀ ਵਰਕਿੰਗ ਸ਼ੁਰੂ ਹੋਈ, ਇੱਕ ਵੱਡਾ ਚੈਲੰਜ ਆ ਗਿਆ ਕਿ ਤੂੰ ਅਖਬਾਰ ਦਾ ਆਦਮੀ ਹੈ ਯਾਰ, ਟੈਲੀਵਿਜ਼ਨ 'ਚ ਕਿਵੇਂ ਪਰਫੋਰਮ ਕਰੇਗਾ, ਸਕ੍ਰਿਪਟ ਰਾਈਟਰ ਇੱਕ ਟੈਲੀਵਿਜ਼ਨ 'ਤੇ ਜਾ ਕੇ ਐਕਟਿੰਗ ਕਿਵੇਂ ਕਰੇਗਾ। ਮੈਨੂੰ ਹੋਰ ਵੀ ਵੱਡਾ ਚੈਲੰਜ ਲੱਗਿਆ, ਕਿਉਂਕਿ ਮੈਨੂੰ ਲੱਗਿਆ ਅਗਰ ਮੈਂ ਟੈਲੀਵਿਜ਼ਨ 'ਚ ਕਾਮਯਾਬ ਨਹੀਂ ਹੋਇਆ ਤਾਂ ਆਦਮੀ ਕਹਿਣਗੇ ਕਿ ਇਹ ਸਿਰਫ ਅਖਬਾਰ ਦਾ ਆਦਮੀ ਹੈ, ਅਖਬਾਰ 'ਚ ਹੀ ਵਾਪਸ ਜਾ ਸਕਦਾ ਹੈ। ਬਹੁਤ ਵਾਰੀ ਇਸ ਤਰ੍ਹਾਂ ਹੋ ਵੀ ਜਾਂਦਾ ਹੈ, ਲੇਕਿਨ ਵਿਦਇਨ 6 ਮੰਥਸ ਮੈਂ ਟੈਲੀਵਿਜ਼ਨ ਤੋਂ ਇਹ ਕੁਆਤਾ ਕਿ ਇਹ ਲੱਗਦਾ ਹੀ ਨਹੀਂ, ਇਹ ਆਦਮੀ ਅਖਬਾਰ ਤੋਂ ਆਇਆ ਔਰ ਇਸ ਆਦਮੀ ਨੂੰ ਟੈਲੀਵਿਜ਼ਨ ਦੀ ਨੌਲੇਜ ਨਹੀਂ ਹੈ। ਸੋ ਅਗਰ ਇਨਸਾਨ ਇਹ ਸੋਚ ਲਵੇ ਕਿ ਇਹ ਮੈਂ ਕਰਨਾ ਹੈ, ਮੈਂ ਇਸ ਚੈਲੰਜ ਤੋਂ ਪਿੱਛੇ ਨਹੀਂ ਹਟਣਾ, ਕੋਈ ਚੀਜ਼ ਮੁਸ਼ਕਿਲ ਨਹੀਂ ਹੁੰਦੀ ਜ਼ਿੰਦਗੀ 'ਚ। ਇਹ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਸਾਰੇ ਚੈਲੰਜਸ ਲਏ ਔਰ 98% ਮੈਂ ਕਾਮਯਾਬ ਹੋਇਆ। ਛੋਟਾ ਜਿਹਾ ਇੱਕ ਕਿੱਸਾ ਸੁਣਾਉਣਾ ਤੁਹਾਨੂੰ, ਤੁਸੀਂ ਸਾਰਿਆਂ ਨੇ ਅਖਬਾਰਾਂ 'ਚੋਂ ਪੜ੍ਹਿਆ ਹੋਏਗਾ, ਲੇਟੈਸਟ ਹੈ। ਅਫਗਾਨਿਸਤਾਨ, ਇਰਾਕ ਸਮੇਤ ਤਕਰੀਬਨ 15 ਮੁਲਕਾਂ 'ਚ ਮੈਂ ਰਿਪੋਰਟਿੰਗ ਕਰ ਚੁੱਕਿਆ ਬਾਹਰ, ਚਾਹੇ ਉਹ ਪੋਲੀਟੀਕਲ ਹੋਵੇ, ਚਾਹੇ ਸਪੋਰਟਸ ਹੋਵੇ, ਚਾਹੇ ਕੌਨਫਲਿਕਟ ਜ਼ੋਨ 'ਚ ਹੋਵੇ। ਮੇਰਾ ਪਰਸਨਲ ਇੰਟਰਸਟ ਜਿਹੜਾ ਹੈ ਉਹ ਡਿਸਟਰਬਡ ਏਰੀਆ 'ਚ ਰਿਪੋਰਟਿੰਗ ਕਰਨਾ, ਅਫਗਾਨਿਸਤਾਨ ਹੋਇਆ, ਇਰਾਕ ਹੋਇਆ, ਇਹ ਮੇਰਾ ਪਰਸਨਲ ਟੇਸਟ ਹੈ। ਆਈ ਵੁੱਡ ਲਾਈਕ ਟੂ ਵਿਜ਼ਿਟ ਅਫਗਾਨਿਸਤਾਨ ਐਂਡ ਇਰਾਕ ਅਗੇਨ ਐਂਡ ਅਗੇਨ। ਹੁਣ ਤਕਰੀਬਨ 8-10 ਵਾਰ ਮੈਂ ਦੋਨੋਂ ਜਗ੍ਹਾ 'ਤੇ ਜਾ ਚੁੱਕਿਆ। ਇਰਾਕ 'ਚ 39 ਇੰਡੀਅਨਸ ਦਾ ਕਿਡਨੈਪਿੰਗ ਹੋ ਗਈ। ਸੋ 2014 ਜੂਨ 'ਚ ਇਹ ਖਬਰ ਆਈ ਕਿ ਵੀ ਕਿਡਨੈਪਿੰਗ ਹੋ ਗਈ ਹੈ। ਮੈਂ ਆਈ ਐਮ ਵਿਲਿੰਗ ਟੂ ਗੋ, ਮੇਰਾ ਆਫਿਸ ਵੀ ਚਾਹੁੰਦਾ ਸੀ ਕਿ ਮੈਂ ਇਮੀਜੀਏਟਲੀ ਉੱਥੇ ਜਾਵਾਂ, ਬਟ ਵੱਡੀ ਪ੍ਰੋਬਲਮ ਸੀ ਵੀਜ਼ਾ ਦੀ। ਵੀਜ਼ਾ ਲਈ ਜਦੋਂ ਅਸੀਂ ਅਪਲਾਈ ਕੀਤਾ, ਇਰਾਕ ਅੰਬੈਸੀ ਨੇ ਮੈਨੂੰ ਕਿਹਾ ਕਿ ਤੁਹਾਡੀ ਫੋਰਨ ਮਿਨਿਸਟਰੀ ਨੇ ਸਾਨੂੰ ਮਨਾ ਕੀਤਾ ਹੈ ਕਿ ਕਿਸੇ ਵੀ ਜਰਨਲਿਸਟ ਨੂੰ ਹਲੇ ਵੀਜ਼ਾ ਨਹੀਂ ਦੇਣਾ, ਉੱਥੇ ਪ੍ਰੋਬਲਮਸ ਬਹੁਤ ਜ਼ਿਆਦਾ ਹੈ, ਹੋਰ ਕੋਈ ਪ੍ਰੋਬਲਮ ਕ੍ਰੀਏਟ ਨਾ ਹੋ ਜਾਵੇ। ਆਲਰੇਡੀ ਇੱਕ ਪਾਸੇ ਨਰਸਿਸ ਕਿਡਨੈਪ ਹੋਈਆਂ ਸੀ, ਦੂਜੇ ਪਾਸੇ ਮੌਸੂਲ 'ਚ 39 ਇੰਡੀਅਨ ਕਿਡਨੈਪ ਹੋਏ ਸੀ, ਜਿਨ੍ਹਾਂ 'ਚੋਂ 28 ਦੇ ਕਰੀਬ ਪੰਜਾਬ ਦੇ ਸੀਗੇ। ਸੋ ਮੇਰਾ ਇੰਟਰਸਟ ਸੀਗਾ, ਨਾ ਹੋ ਗਈ। ਇਨ ਬਿਟਵੀਨ ਇੱਕ ਹਫ਼ਤੇ ਬਾਅਦ ਜਦੋਂ ਬੰਦੇ ਨੇ ਜਾਣਾ ਹੋਏ ਨਾ ਤਾਂ ਸਭ ਚੀਜ਼ਾਂ ਕਲੀਅਰ ਹੁੰਦੀਆਂ, ਤੁਹਾਡੀ ਨੀਅਤ ਸਾਫ਼ ਹੋਏ, ਜਦੋਂ ਤੁਹਾਡਾ ਦਿਲ ਚਾਹੁੰਦਾ ਹੋਏ ਵੀ ਮੈਂ ਇਹ ਕਰਕੇ ਆਉਣਾ। ਇੱਕ ਹਫ਼ਤੇ ਬਾਅਦ ਸ਼੍ਰੀ ਸ਼੍ਰੀ ਰਵੀ ਸ਼ੰਕਰ ਦਾ ਇੱਕ ਆਫਿਸ ਤੋਂ ਮੈਸੇਜ ਆਇਆ ਸਾਡੇ ਆਫਿਸ ਕਿ ਉਹ ਪੀਸ ਅੰਬੈਸਡਰ ਹੈ, ਉਹ ਇਰਾਕ ਜਾ ਰਹੇ ਹੈ। ਉਹਨਾਂ ਨੇ ਇਮੀਡੀਏਟਲੀ ਮੈਨੂੰ ਕਾਲ ਕੀਤਾ, ਕਹਿੰਦੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਇਰਾਕ ਜਾ ਰਿਹਾ ਹੈ। ਮੈਂ ਕਿਹਾ ਲਓ ਜੀ, ਆਪਣਾ ਮਸਲਾ ਹੱਲ ਹੋ ਗਿਆ। ਜਰਨਲਿਸਟ ਸੋਚ ਉਹੀ, ਮੈਂ ਕਿਹਾ ਜਾਵਾਂਗੇ ਸ਼੍ਰੀ ਸ਼੍ਰੀ ਰਵੀ ਸ਼ੰਕਰ ਨਾਲ, ਆਵਾਂਗੇ ਇਕੱਲੇ। ਸੋ ਅਸੀਂ ਉਹੀ ਕੀਤਾ, ਉਹਨਾਂ ਨੂੰ ਸ਼ਾਇਦ ਉਹ ਸੁਣਨਗੇ ਤਾਂ ਉਹਨਾਂ ਨੂੰ ਵੀ ਅਜੀਬ ਲੱਗੇਗਾ, ਮੈਂ ਬਾਅਦ 'ਚ ਦੱਸਦਾ ਸੀ, ਹਾਲਾਂਕਿ ਮਾਫ਼ੀ ਵੀ ਮੰਗ ਲਈ ਸੀ। ਮੈਂ ਉਹਨਾਂ ਦੇ ਨਾਲ 3-4 ਜਰਨਲਿਸਟ ਹੋਰ ਗਏ ਅਤੇ ਮੈਂ ਆਪਣਾ ਨਾਮ ਉਹਨਾਂ ਦੇ ਨਾਲ ਪਵਾ ਲਿਆ। ਮੈਂ ਫਲਾਈਟ ਵੀ ਉਹਨਾਂ ਦੇ ਨਾਲ ਨਹੀਂ ਫੜੀ, ਮੈਂ ਆਪਣੀ ਅਲੱਗ ਫਲਾਈਟ ਲੈ ਕੇ ਗਿਆ ਅਤੇ ਮੈਂ ਦੁਬਈ ਉਹਨਾਂ ਨਾਲ ਕਨੈਕਟ ਹੋ ਗਿਆ। 2 ਦਿਨ ਉਹ ਉੱਥੇ ਰਹੇ, ਉਹਨਾਂ ਨੇ ਜਿੱਥੇ ਜਿੱਥੇ ਵਿਜ਼ਿਟ ਕਰਨਾ ਸੀ ਉਹ ਉਹਦੇ ਨਾਲ ਕਰਦੇ ਰਹੇ। ਔਰ ਆਫਟਰ ਦੈਟ ਉਹਨਾਂ ਨੇ ਕਿਹਾ ਅਸੀਂ ਵਾਪਸ ਜਾਣਾ, ਤੁਸੀਂ ਨਹੀਂ ਜਾਣਾ। ਮੈਂ ਕਿਹਾ ਜੀ ਮੇਰੀ ਕੱਲ੍ਹ ਦੀ ਫਲਾਈਟ ਹੈ, ਸੀਗੀ ਵੀ ਕੱਲ੍ਹ ਦੀ। ਮੈਂ ਰੁਕ ਗਿਆ ਇਰਾਕ ਰੁਕ ਕੇ ਮੈਂ ਫਟਾਫਟ ਆਪਣਾ ਹੋਟਲ ਬਦਲਿਆ ਤਾਂ ਕਿ ਕਿਸੇ ਨੂੰ ਇਹ ਨਾ ਪਤਾ ਲੱਗੇ ਵੀ ਇਹ ਗੈਸਟ ਗਿਆ ਹੀ ਨਹੀਂ ਇੱਥੋਂ। ਉਹ ਵਾਪਿਸ ਆ ਗਏ, ਮੈਂ ਖੋਜ ਸ਼ੁਰੂ ਕੀਤੀ। ਮੈਂ ਕਿਹਾ ਵੀ ਉਹ 39 ਇੰਡੀਅਨਸ ਜਿਹੜੇ ਹੈ ਉਹ ਜਿੰਦਾ ਹੈ ਜਾਂ ਮਰ ਗਏ, ਆਪਾਂ ਇਹ ਚੀਜ਼ ਲੱਭਣੀ ਹੈ, ਹਰ ਬੰਦਾ ਇਹ ਜਾਣਨਾ ਚਾਹੁੰਦਾ ਇੰਡੀਆ 'ਚ। ਉੱਥੇ ਇੱਕ ਬਾਜ਼ਾਰ ਹੈਗਾ ਮੇਨ, ਜਿਹੜਾ ਉਹਨਾਂ ਦਾ ਡਾਊਨ ਟਾਊਨ ਦਾ ਬਾਜ਼ਾਰ ਹੈ। ਮੈਨੂੰ ਕਿਸੇ ਨੇ ਦੱਸਿਆ, ਇੱਕ ਹੁਸ਼ਿਆਰਪੁਰ ਦਾ ਟਰੱਕ ਡਰਾਈਵਰ ਸੀ ਜਿਹੜਾ ਉੱਥੇ ਦੀ ਕਾਰਪੋਰੇਸ਼ਨ ਦੀ ਗੱਡੀ ਚਲਾਉਂਦਾ ਸੀ, ਮੈਂ ਉਹਨੂੰ ਲੱਭਿਆ ਇੰਡੀਆ ਦੇ ਕਨੈਕਸ਼ਨ ਦੇ ਥਰੂ। ਉਹਨੂੰ ਹੋਟਲ ਬੁਲਾਇਆ ਆਪਣੇ, ਮੈਂ ਉਹਨੂੰ ਕਿਹਾ ਯਾਰ ਮੈਂ ਉਹਨਾਂ ਬੰਦਿਆਂ ਨੂੰ ਲੱਭਣਾ ਚਾਹੁੰਦਾ। ਉਹ ਕਹਿੰਦਾ ਜੀ ਉਹਨਾਂ ਦੇ ਨਾਲ ਬੰਗਲਾਦੇਸ਼ੀ ਜਿਹੜੇ ਛੱਡੇ ਸੀ ਨਾ, ਉਹ ਬਹੁਤ ਸਾਰੇ ਬੰਗਲਾਦੇਸ਼ੀ ਇੱਥੇ ਆ ਗਏ ਸੀ, ਉਹ ਸਫਾਈ ਦਾ ਕੰਮ ਕਰਦੇ ਹੈ। ਮੈਂ ਕਿਹਾ ਕਿੱਥੇ ਸਫਾਈ ਦਾ ਕੰਮ ਕਰਦੇ ਆ? ਉਹ ਕਹਿੰਦਾ ਫਲਾਣੇ ਬਾਜ਼ਾਰ 'ਚ ਕੰਮ ਕਰਦੇ ਆ। ਰਾਤ ਬਾਰਿਸ਼ ਪੈ ਰਹੀ ਸੀ, 8 ਵਜ ਰਹੇ ਸੀ। ਮੈਂ ਉਹਦੀ ਉਹ ਜਿਹੜਾ ਗਾਰਬੇਜ ਵਾਲਾ ਟਰੱਕ ਉਹ ਲੈ ਕੇ ਜਾਂਦੇ ਆ, ਮੈਂ ਗਾਰਬੇਜ ਵਾਲੇ ਟਰੱਕ 'ਚ ਬੈਠਾ ਅਤੇ ਮੈਂ ਕਿਹਾ ਚੱਲ ਮੈਨੂੰ ਉੱਥੇ ਲੈ ਚੱਲ ਉਹਨਾਂ ਕੋਲ। ਅਸੀਂ ਲੱਭਣਾ ਸ਼ੁਰੂ ਕੀਤਾ, ਤਕਰੀਬਨ 2.5 ਘੰਟੇ ਅਸੀਂ ਜਿਹੜੇ ਬੰਦੇ ਤੁਹਾਡਾ ਗਾਰਬੇਜ ਚੱਕਦੇ ਹੈ ਉਹ ਗਾਰਬੇਜ ਵਾਲਿਆਂ ਨੂੰ ਪੁੱਛਦੇ ਯਾਰ ਤੁਸੀਂ ਬੰਗਲਾਦੇਸ਼ੀ ਹੋ, ਕਿਸੇ ਬੰਗਲਾਦੇਸ਼ੀ ਨੂੰ ਜਾਣਦੇ ਜਿਹੜਾ ਮੌਸੂਲ ਤੋਂ ਆਇਆ? 2.5 ਘੰਟੇ ਲੱਗ ਗਏ, ਰਾਤ ਦੇ 10 ਵਜ ਗਏ, ਇੱਕ ਕਰਦੇ। ਜਦੋਂ ਅਸੀਂ ਐਂਡ 'ਚ ਇੱਕ ਬਜ਼ੁਰਗ ਬੈਠਾ ਸੀ ਗੱਡੀ 'ਚ, ਅਸੀਂ ਉਹਨੂੰ ਪੁੱਛਿਆ ਕਿ
ਕੋਈ ਤੂੰ ਤੇ ਤੂੰ ਬੰਗਲਾਦੇਸ਼ੀ ਹੈ? ਉਹ ਕਹਿੰਦਾ ਹਾਂਜੀ ਮੈਂ ਬੰਗਲਾਦੇਸ਼ੀ ਹਾਂ। ਤੂੰ ਕਿਸੇ ਨੂੰ ਜਾਣਦਾ ਜਿਹੜਾ IS ਦੇ ਕਬਜ਼ੇ 'ਚੋਂ ਛੁੱਟ ਕੇ ਆਇਆ ਹੋਏ? ਉਹਨੇ ਕਿਹਾ ਇਹ ਤਾਂ ਮੈਨੂੰ ਨਹੀਂ ਪਤਾ, ਲੇਕਿਨ ਇੱਕ ਬੰਗਲਾਦੇਸ਼ੀ ਨੂੰ ਮੈਂ ਜਾਣਦਾ, ਸ਼ਫੀ ਉਸਲਾਮ ਉਹਦਾ ਨਾਮ ਹੈ, ਉਹ ਫਲਾਣੀ ਜਗ੍ਹਾ 'ਤੇ ਰਹਿੰਦਾ ਹੈ। ਉਹਨੂੰ ਇੱਕ ਵਾਰੀ ਮੇਰੇ ਸਾਹਮਣੇ BBC ਬੰਗਲਾਦੇਸ਼ ਦਾ ਫੋਨ ਆਇਆ ਸੀ। ਮੈਂ ਕਿਹਾ ਯਾਰ ਇਹ ਸਹੀ ਜਗ੍ਹਾ ਜਾ ਰਿਹਾ ਬੰਦਾ। ਮੈਂ ਉਹਨੂੰ ਕਿਹਾ ਉਹ ਕਿੱਥੇ ਰਹਿੰਦਾ ਮੈਨੂੰ ਦੱਸੇਗਾ? ਉਹਨੇ ਕਿਹਾ ਫਲਾਣੀ ਜਗ੍ਹਾ ਰਹਿੰਦਾ। ਖੈਰ ਅਸੀਂ ਉਸ ਬੈਰਿਕਸ ਗਏ, ਉੱਥੇ ਗਏ, ਦੇਖਿਆ ਇੱਕ ਬੰਦਾ ਬਾਹਰ ਖਾਣਾ ਪਕਾ ਰਿਹਾ। ਅਸੀਂ ਜਾ ਕੇ ਉਹਨੂੰ ਪੁੱਛਦੇ ਹਾਂ, ਅਸੀਂ ਕਿਹਾ ਯਾਰ ਸ਼ਫੀ ਕਿੱਥੇ ਰਹਿੰਦਾ? ਉਹਨੇ ਕਿਹਾ ਜੀ ਮੈਂ ਹੀ ਸ਼ਫੀ ਹਾਂ। ਮੇਰੀ ਜ਼ਿੰਦਗੀ ਦਾ ਉਹ ਬਹੁਤ ਖੁਸ਼ਹਾਲੀ ਵਾਲਾ ਲੰਮਾ ਸੀ, ਔਰ ਮੈਨੂੰ ਇਹ ਲੱਗਿਆ ਯਾਰ ਪਿਛਲੇ 3 ਘੰਟੇ ਜੋ ਤੂੰ ਗਾਰਬੇਜ ਬਿਨ ਦੇ ਬਾਹਰ ਧੱਕੇ ਖਾ ਰਿਹਾ ਸੀ, ਲੈ ਸਕਸੈਸ ਹੋ ਗਿਆ। ਮੈਂ ਉਹਨੂੰ ਦੱਸਿਆ ਵੀ ਮੈਂ, ਉਹ ਹਿੰਦੀ ਬੋਲਦਾ ਸੀ ਥੋੜ੍ਹੀ, ਉਹ ਉਰਦੂ ਜ਼ੁਬਾਨ ਕਹਿ ਦਿੰਦੇ ਹਾਂ ਅਸੀਂ, ਹਿੰਦੀ ਕਹਿੰਦੇ ਹਾਂ, ਉਹ ਬੋਲਦਾ ਸੀ ਮਾੜੀ। ਮੈਂ ਉਹਨੂੰ ਕਿਹਾ ਯਾਰ ਤੂੰ ਉਹਨਾਂ ਦੇ ਨਾਲ ਸੀ? ਉਹ ਫਟਾਫਟ ਇੰਡੀਅਨ ਦੇ, ਹਾਂ ਹਰਜੀਤ ਮੇਰੇ ਸਾਥ ਥਾ, ਹਾਂ ਸੋਨੂ ਮੇਰੇ ਸਾਥ ਥਾ, ਉਹ ਜੋ ਤਨਖਾਹ ਦਿੱਤਾ ਥਾ ਉਹ ਮੇਰਾ ਦੋਸਤ ਥਾ, ਉਹ ਹੁਸ਼ਿਆਰਪੁਰ ਸੇ ਥਾ, ਹਰਜੀਤ ਮੇਰੇ ਸਾਥ ਥਾ। ਜਦੋਂ ਉਹਨੇ ਹਰਜੀਤ ਕਿਹਾ, ਹਰਜੀਤ ਉਹ ਬੰਦਾ ਸੀ, ਹਰਜੀਤ ਮਸੀਹ ਜਿਹੜਾ ਛੁੱਟ ਕੇ ਆਇਆ ਸੀ, ਕਹਿੰਦਾ ਹਰਜੀਤ ਹਮਾਰੇ ਸਾਥ ਹੀ ਵਾਪਸ ਆਇਆ ਸੀ। ਮੈਂ ਕਿਹਾ ਇਹ ਮੈਂ ਹੁਣ ਰਾਈਟ ਟਰੈਕ 'ਤੇ ਪਹੁੰਚ ਗਿਆ। ਅਸੀਂ ਰਾਤ ਉਹਦਾ 12 ਵਜੇ ਤੱਕ ਸਭ ਚੀਜ਼ਾਂ ਕਲੀਅਰ ਹੋ ਗਈਆਂ, 12 ਵਜੇ ਇੰਟਰਵਿਊ ਕਰਨਾ ਸ਼ੁਰੂ ਕੀਤਾ, 2 ਵਜ ਗਏ। ਮੈਂ ਉਹਨੂੰ ਕਿਹਾ ਹੋਰ ਇੱਕ ਬੰਦਾ ਤੇਰੇ ਨਾਲ ਹੋਵੇ ਕੋਈ? ਉਹਨੇ ਕਿਹਾ ਹਸਨ ਸੀਗਾ ਜੀ, ਉਹ ਫਲਾਣੀ ਫੈਕਟਰੀ 'ਚ ਕੰਮ ਕਰਦਾ ਹੈ। ਉਹਨੇ ਫੋਨ ਲਾਇਆ ਹਸਨ ਨੂੰ, ਦੱਸਿਆ, ਬਟ ਹਸਨ ਨੇ ਮਨਾ ਕਰਤਾ ਕਿ ਮੇਰਾ ਪਤਾ ਨਾ ਦੇਈਂ, ਉਹ ਨਹੀਂ ਚਾਹੁੰਦਾ ਸੀ ਕਿ ਮੈਂ ਕੈਮਰਾ 'ਤੇ ਆਵਾਂ। ਬਟ ਜਦੋਂ ਸ਼ਫੀ ਨੇ ਸਾਰੀ ਗੱਲਾਂ ਦੱਸਤੀਆਂ, ਮੈਂ ਉਹਨੂੰ ਪੁੱਛਿਆ ਵੀ ਗਵਰਨਮੈਂਟ ਇਸ ਤਰ੍ਹਾਂ ਕਹਿ ਰਹੀ ਹੈ, ਤੂੰ ਝੂਠ ਕਹਿੰਦਾ? ਉਹਨੇ ਮੈਨੂੰ ਇਹ ਕਿਹਾ ਸੀ ਉਦੋਂ 2014 'ਚ ਹੀ, ਨਵੰਬਰ ਦੀ ਗੱਲ ਹੈ, ਕਿ ਉਹ ਮਾਰਤੇ ਹੈ ਜੀ, ਤੁਹਾਡੀ ਗਵਰਨਮੈਂਟ ਠੀਕ ਨਹੀਂ ਕਹਿ ਰਹੀ। ਮੈਂ ਕਿਹਾ ਓਕੇ, ਮੇਰੇ ਲਈ ਵੱਡੀ ਸਟੋਰੀ ਸੀ, ਬਟ ਕਿਉਂਕਿ ਇੰਡੀਅਨ ਗਵਰਨਮੈਂਟ ਨੂੰ ਆ ਕੇ ਦੱਸਣਾ ਜਾਂ ਇੰਡੀਅਨਸ ਨੂੰ ਇਹ ਆ ਕੇ ਦੱਸਣਾ, ਸੋ ਹੈਰਾਨੀ ਦੀ ਗੱਲ ਵੀ ਸੀ ਮੇਰੇ ਲਈ। ਸਵੇਰੇ 5 ਵਜੇ ਮੇਰੀ 10 ਵਜੇ ਦੀ ਫਲਾਈਟ ਸੀ। ਮੈਂ ਆਫਿਸ ਨੂੰ ਕਿਹਾ ਕਿ ਤੁਸੀਂ ਮੇਰੀ ਫਲਾਈਟ ਅੱਗੇ ਕਰਾ ਦਿਓ, ਕਿਉਂਕਿ 10 ਵਜੇ ਤੱਕ ਹੋ ਸਕਦਾ ਮੈਨੂੰ ਉਹ ਬੰਦਾ ਨਾ ਮਿਲੇ। ਕੁਛ ਟੈਕਨੀਕਲ ਰੀਜ਼ਨ ਐਸੇ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੀ ਸੇਫਟੀ ਕੰਸਰਨ ਹੈ, ਅਸੀਂ ਤੈਨੂੰ ਉੱਥੇ ਹੋਰ ਜ਼ਿਆਦਾ ਨਹੀਂ ਰਹਿਣ ਦਾਂਗੇ। ਉਦੋਂ ਹਾਲਾਤ ਬਹੁਤੇ ਚੰਗੇ ਨਹੀਂ ਸੀ, ਆਲੇ ਦੁਆਲੇ ਸਾਰੇ 40 ਕਿਲੋਮੀਟਰ ਦੇ ਏਰੀਏ ਤੋਂ ਬਾਹਰ ਸਾਰਾ IS ਸੀਗਾ। ਸੋ ਮੇਰੇ ਕੋਲ ਟਾਈਮ ਸੀਗਾ, ਅਸੀਂ 3 ਵਜੇ ਹੋਟਲ ਪਹੁੰਚੇ ਅਤੇ ਮੇਰੇ ਕੋਲ ਟਾਈਮ ਸੀ 10 ਵਜੇ ਤੱਕ। ਸੋ ਮੈਂ ਉਹਨੂੰ ਕਿਹਾ ਯਾਰ ਸੌਂਦੇ ਨਹੀਂ, ਸਾਨੂੰ ਟੈਕਸੀ ਨਹੀਂ ਮਿਲੀ ਬਾਹਰ। ਦੈਨ ਮੈਂ ਅਗੇਨ ਉਹਨੂੰ ਹੁਸ਼ਿਆਰਪੁਰ ਦੇ ਡਰਾਈਵਰ ਨੂੰ ਫੋਨ ਕੀਤਾ, ਮੈਂ ਕਿਹਾ ਯਾਰ ਆਪਣਾ ਕੂੜੇ ਵਾਲਾ ਟਰੱਕ ਲੈ ਕੇ ਆ ਦੁਬਾਰਾ। ਕਹਿੰਦਾ ਕਿ? ਮੈਂ ਕਿਹਾ ਟੈਕਸੀ ਨਹੀਂ ਮਿਲ ਰਹੀ ਬਾਹਰ, ਆਪਾਂ ਉਹ ਬੰਦਾ ਲੱਭਣਾ ਹੈ ਰਾਤੋਂ ਰਾਤ। ਉਹ ਕਹਿੰਦਾ ਮੈਂ ਆਇਆ। ਉਹ ਵਿਚਾਰਾ ਦੁਬਾਰਾ ਟਰੱਕ ਲੈ ਕੇ ਆਇਆ, ਮੈਂ ਔਰ ਕੈਮਰਾਮੈਨ ਉਸ ਟਰੱਕ 'ਚ ਬੈਠੇ। ਉਹ ਕਾਰਪੋਰੇਸ਼ਨ ਦੇ ਸਰਕਾਰੀ ਟਰੱਕ ਹੈ, ਉਹਨਾਂ ਨੂੰ ਰੋਕਦਾ ਵੀ ਕੋਈ ਨਹੀਂ ਸੀ ਉੱਥੇ, ਉਹਨਾਂ ਨੂੰ ਲੱਗਦਾ ਥੋੜ੍ਹਾ ਸੀ ਕਿ ਰਿਪੋਰਟਿੰਗ ਕਰਦੇ ਹੋਣਗੇ। ਅਸੀਂ ਹਸਨ ਲੱਭਿਆ। ਹਸਨ ਨੂੰ ਲੱਭਣ ਲਈ ਉਹਨਾਂ ਨੇ ਕਿਹਾ ਜੀ ਉਹ ਉੱਚੀ ਕਰੇਨ, ਉਹ ਜਿਹੜੀ ਹਾਇਰ ਤੁਸੀਂ ਹਾਈ ਰਾਈਜ਼ ਕਰੇਨ ਦੇਖਦੇ ਹੋ ਨਾ ਲੱਗੀ, ਉਹਦਾ ਡਰਾਈਵਰ ਸੀਗਾ। ਅਸੀਂ ਉੱਥੇ ਗਏ ਤਾਂ ਇਸ ਤਰ੍ਹਾਂ ਦਾ ਬਹੁਤ ਵੱਡਾ ਹਾਲ ਸੀ, ਉੱਥੇ 50 ਬੰਦੇ ਸੋ ਰਿਹਾ। ਹੁਣ ਹਸਨ ਲੱਭਣਾ ਹੈ, ਮੈਂ ਕਿਹਾ ਯਾਰ ਇੱਕ ਉਹਨੇ ਤੋਂ ਤੂੰ ਪੁੱਛਣਾ ਸ਼ੁਰੂ ਕਰ, ਇੱਕ ਤੋਂ ਮੈਂ ਪੁੱਛਣਾ ਸ਼ੁਰੂ ਕਰਦਾ। ਅਸੀਂ ਹਰੇਕ ਨੂੰ ਉਠਾਈ ਗਏ, ਹਸਨ 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 ਹਸਨ। ਫਾਈਨਲੀ ਇੱਕ ਬੰਦਾ ਕਹਿੰਦਾ ਹਾਂ, ਮੈਂ ਕਿਹਾ ਆ ਰਿਹਾ ਹਸਨ, ਲੱਭ ਲਿਆ। ਉਹਨੂੰ ਇੰਟਰਵਿਊ ਕੀਤਾ, ਉਹਨੇ ਵੀ ਸੇਮ ਗੱਲ ਕਹੀ। ਹੁਣ ਇੰਟਰਵਿਊ ਤੋਂ ਅਸੀਂ ਬਾਹਰ ਆ ਜਾਂਦੇ ਵੀ ਜ਼ਿੰਦਗੀ 'ਚ ਇੱਕ ਕਹਾਣੀ ਤੁਹਾਨੂੰ ਮੈਂ ਕਿਉਂ ਸੁਣਾ ਰਿਹਾ। ਮੈਂ ਇੱਕ 3rd ਕੰਟਰੀ 'ਚ ਜਿੱਥੇ ਮੈਨੂੰ ਕੁਛ ਨਹੀਂ ਪਤਾ, ਬੰਗਲਾਦੇਸ਼ੀ ਲੱਭਣੇ ਹੈ, ਇੰਡੀਅਨਸ ਦੇ ਬਾਰੇ ਪੁੱਛਣਾ ਹੈ, ਜੇ ਮੈਂ ਤੈਅ ਕੀਤਾ ਤਾਂ ਮੈਂ ਪਹੁੰਚ ਗਿਆ ਨਾ। ਆ ਕੇ ਸਟੋਰੀ ਚੱਲੀ, ਤੁਸੀਂ ਸੁਸ਼ਮਾ ਸਵਰਾਜ ਨੂੰ ਸਟੇਟਮੈਂਟ ਦਿੰਦੇ ਦੇਖਿਆ ਹੋਣਾ, ਉਹਨਾਂ ਨੂੰ ਪਾਰਲੀਮੈਂਟ 'ਚ ਕਹਿਣਾ ਪਿਆ ਕਿ ਸਾਡੇ ਕੋਲ ਨਾ ਉਹਨਾਂ ਦੇ ਜ਼ਿੰਦਾ ਹੋਣ ਦੇ ਸਬੂਤ ਹੈ ਨਾ ਮਰੇ ਹੋਣ ਦੇ, ਉਹ ਸਾਡੀ ਮੇਰੀ ਖਬਰ 'ਤੇ ਉਹਨਾਂ ਨੂੰ ਰਿਐਕਟ ਕਰਨਾ ਪਿਆ। ਔਰ ਮੈਂ ਸੱਚਾ ਸੀ, ਮੈਨੂੰ ਵਾਰ ਵਾਰ ਉਹਨਾਂ ਨੇ ਪੁੱਛਿਆ ਕੀ ਲੱਗਦਾ ਤੂੰ ਉਹਨਾਂ ਬੰਦਿਆਂ ਨੂੰ ਪਰਸਨਲੀ ਮਿਲ ਕੇ ਆਇਆ? ਮੈਂ ਕਿਹਾ ਜੀ ਮੈਨੂੰ ਨਹੀਂ ਲੱਗਦਾ ਉਹ ਜ਼ਿੰਦਾ ਹੈ। ਮੈਨੂੰ ਕੌਨਫੀਡੈਂਸ ਸੀ, ਜੋ ਮੈਂ 4-4 ਘੰਟੇ ਉਹਨਾਂ ਨਾਲ ਬੈਠ ਕੇ ਰਾਤ ਨੂੰ ਗੱਲਾਂ ਕੀਤੀਆਂ ਸੀ। ਫਾਈਨਲੀ ਬਹੁਤ ਦੁੱਖ ਦੀ ਗੱਲ ਹੈ, ਅਨਫੋਰਚੁਨੇਟ ਹੈ, ਲੇਕਿਨ ਇਸ ਸਾਲ ਗਵਰਨਮੈਂਟ ਨੇ ਮੰਨ ਲਿਆ ਕਿ ਉਹ ਹੈ ਨਹੀਂ। ਉਹਨਾਂ ਦੇ ਜਿਹੜੇ ਰਿਮੇਨਿੰਗ ਸੀਗੇ ਉਹ ਹੁਣੀ 2 ਅਪ੍ਰੈਲ ਨੂੰ ਵਾਪਸ ਵੀ ਆ ਗਏ, ਮੈਂ ਉਦੋਂ ਵੀ ਗਿਆ ਸੀ। ਸੋ ਇੱਕ ਤੀਜੇ ਮੁਲਕ 'ਚ ਜਾ ਕੇ ਇੱਕ ਬੰਦੇ ਨੇ ਠਾਣਿਆ ਕਿ ਮੈਂ ਲੋਕਾਂ ਨੂੰ ਇਹ ਸੱਚ ਦਿਖਾਉਣਾ ਹੈ, ਉਹ ਆਪਣੇ ਮਕਸਦ ਤੱਕ ਪਹੁੰਚ ਗਿਆ। ਅਗਰ ਹਰ ਇਨਸਾਨ ਜੋਸ਼, ਜਜ਼ਬੇ ਔਰ ਸ਼ਿੱਦਤ ਨਾਲ ਚਾਹੇ ਤਾਂ ਪਹੁੰਚ ਸਕਦਾ ਹੈ। ਤੀਜੀ ਗੱਲ, ਤੁਸੀਂ ਰੀਸੈਂਟਲੀ ਗੁਰਮੀਤ ਰਾਮ ਰਹੀਮ ਦੀ ਕਵਰੇਜ ਦੇਖੀ ਹੋਣੀ, ਲੋਕਾਂ ਨੇ ਬਹੁਤ ਮੈਨੂੰ ਮੈਂ ਜਿੱਥੇ ਵੀ ਜਾਂਦਾ ਹੁਣ ਪੰਜਾਬ 'ਚੋਂ ਕਹਿੰਦੇ ਜੀ ਇਹ ਉਹੀ ਬੰਦਾ ਜਿਹਨੇ ਇਹ ਕਵਰੇਜ ਕੀਤੀ ਸੀ, ਬਹੁਤ ਵਧੀਆ ਕਵਰੇਜ ਕੀਤੀ। ਉਹਦੀ ਵੀ ਥੋੜ੍ਹੀ ਜਿਹੀ ਬੈਕਗ੍ਰਾਉਂਡ ਮੈਂ ਸੁਣਾ ਦਿੰਦਾ, ਟਾਈਮ ਬੜਾ ਘੱਟ ਹੈ ਲੇਕਿਨ ਮੈਂ ਕੋਸ਼ਿਸ਼ ਕਰਦਾ। ਉਸ ਦਿਨ ਮੇਰੀ 1 ਵਜੇ ਮੀਟਿੰਗ ਸੀ, ਮੈਂ 1 ਵਜੇ ਕੌਨ ਕਾਲ ਆਪਣੇ ਦਫ਼ਤਰ ਦੇ ਨਾਲ ਕੌਨ ਕਾਲ 'ਤੇ ਬੈਠਾ। ਮੈਨੂੰ ਫੋਨ ਆਉਂਦਾ ਨੋਇਡਾ ਆਫਿਸ ਤੋਂ ਕਿ ਯਾਰ ਅਗਰ ਆਪ ਵਹਾਂ ਚਲੇ ਜਾਂਦੇ ਨਾ ਤੋ ਬਹੁਤ ਅੱਛਾ ਹੁੰਦਾ। ਮੈਂ ਕਿਹਾ ਮੈਂ ਰਾਤ ਗਿਆ ਸੀ, ਮੈਂ ਸਾਰੀ ਚੀਜ਼ਾਂ ਦੇਖ ਕੇ ਆਇਆ ਸੀ, ਬਟ ਯਾਰ 1 ਵਜੇ ਨਿਕਲ ਕੇ ਸਾਰੇ ਏਰੀਏ ਸੀਲ ਹੈ, ਮੈਂ ਕਿਵੇਂ ਪਹੁੰਚਾਂਗਾ? ਉਹਨਾਂ ਨੇ ਕਿਹਾ ਯਾਰ ਜੈਸੇ ਮਰਜ਼ੀ ਕਰੋ, ਆਪ ਜ਼ਰਾ ਚਲੇ ਜਾਓਗੇ। ਮੈਨੂੰ ਲੱਗਿਆ ਯਾਰ ਬੜੀ ਸ਼ਿੱਦਤ ਹੈ। ਮੈਂ ਕੌਨ ਕਾਲ 1:15 ਵਜੇ ਮੁਕਾਈ, 2 ਵਜੇ ਫੈਸਲਾ ਸ਼ੁਰੂ ਹੋਣਾ ਸੀ। ਮੈਂ ਡਰਾਈਵਰ ਨੂੰ ਕਿਹਾ ਵੀ ਗੱਡੀ ਲੈ ਕੇ ਚੱਲੋ। ਅਸੀਂ ਰਸਤੇ 'ਚ ਜਾ ਰਹੇ ਸੀ, ਜਗ੍ਹਾ ਜਗ੍ਹਾ ਸੀਲ ਸੀ, ਪੁਲਿਸ ਇਸ ਲਈ ਕੋਪਰੇਟ ਕਰਦੀ ਰਹੀ ਕਿ ਬਹੁਤ ਸਾਰੇ ਲੋਕ ਬਾਈ
ਖੈਰ ਮੈਂ ਉੱਥੇ ਪਹੁੰਚਿਆ ਤੇ 2:05 ਹੋਏ ਸੀ ਬਾਹਰ। ਉਹ ਕਹਿੰਦੇ ਜੀ 2 ਕੇਸ ਸ਼ੁਰੂ ਹੋ ਚੁੱਕਿਆ, ਬੈਲਾ ਵਿਸਤਾ ਚੌਂਕ ਜਿਹੜਾ ਹੈਗਾ ਉਸ ਚੌਂਕ ਤੇ ਖੜੇ ਹੋ ਕੇ ਰਿਪੋਰਟਿੰਗ ਸ਼ੁਰੂ ਕੀਤੀ। ਉਹ ਮਤਲਬ ਉੱਪਰ ਵਾਲਾ ਜਿਸ ਤਰ੍ਹਾਂ ਮਦਦ ਕਰਦਾ, ਮਦਦ ਵੀ ਉਸੇ ਦੀ ਕਰਦਾ ਜਿਹਦੇ ਕੰਮ 'ਚ ਦਮ ਹੋਵੇ, ਜਿਹੜਾ ਬੰਦਾ ਬਹੁਤ ਸ਼ਿੱਦਤ ਔਰ ਆਪਣੀ ਮਿਹਨਤ 'ਚ ਕੰਮ ਹੀ ਨਾ ਛੱਡਦਾ ਹੋਵੇ। ਮੈਨੂੰ ਇੱਕ ਬੰਦੇ ਦਾ ਅੰਦਰੋਂ ਫੋਨ ਆਇਆ, ਅਨਨੋਨ ਨੰਬਰ ਸੀ, ਮੈਂ ਕਾਲ ਚੱਕ ਲਈ। ਉਹਨੇ ਕਿਹਾ ਮੈਂ ਕੋਰਟ ਮੈਂ ਹੀ ਖੜਾ ਹਾਂ, ਆਪਣੇ ਮੁਝੇ ਪਹਿਚਾਨਾ ਨਹੀਂ, ਮੈਂ ਫਲਾਂ ਬੋਲ ਰਿਹਾ ਹਾਂ। ਮੈਂ ਕਿਹਾ ਆਪ ਅੰਦਰ ਕੈਸੇ ਪਹੁੰਚ ਗਏ? ਕਹਿੰਦਾ ਬਸ ਮੈਂ ਸਾਥੀ ਆ ਗਿਆ ਹਾਂ ਕਿਸੇ ਆਫਿਸਰ ਕੇ। ਮੈਂ ਕਿਹਾ ਯਾਰ ਮੁਝੇ ਅਪਡੇਟ ਕਰਦੇ ਰਹਿਣਾ। ਦੇਖੋ ਮੈਂ ਉੱਥੇ ਤੱਕ ਪਹੁੰਚਿਆ ਤਾਂ ਰੱਬ ਨੇ ਵੀ ਰਸਤਾ ਬਣਾਇਆ। ਉਹ ਅੰਦਰੋਂ ਮੈਨੂੰ ਹਰ ਮਿੰਟ ਦੀ ਖਬਰ ਦਿੰਦਾ ਰਿਹਾ। ਅਸੀਂ ਫੈਸਲੇ ਦਾ ਡਿਸੀਜ਼ਨ ਲਿਆ ਔਰ ਉੱਥੇ ਘੱਟ ਤੋਂ ਘੱਟ 50-60 ਜਰਨਲਿਸਟ ਔਰ ਸਾਰੇ ਚੈਨਲਾਂ ਦੀਆਂ ਓਵੀਜ਼ ਸੀਗੀਆਂ। ਤੁਸੀਂ ਸਭ ਵੀ ਆਪਣੇ ਆਪਣੇ ਟੈਲੀਵਿਜ਼ਨ 'ਤੇ ਬੈਠੇ ਦੇਖ ਰਹੇ ਹੋਣੇ ਵੀ ਹੋਏਗਾ ਕੀ ਅੱਜ। 10-15 ਹਜ਼ਾਰ ਲੋਕ ਜਮ੍ਹਾਂ ਸੀਗੇ। ਉਹ ਫੈਸਲੇ ਤੋਂ ਬਾਅਦ ਮੈਂ ਦੇਖਿਆ ਕਿ ਆਵਾਜ਼ ਆਉਣ ਲੱਗੀ ਸ਼ੈੱਲ ਚੱਲਣ ਦੀ ਮੇਰੇ ਤੋਂ ਤਕਰੀਬਨ 500 ਮੀਟਰ ਦੀ ਦੂਰੀ 'ਤੇ। ਸੋ ਮੈਂ ਸ਼ੈੱਲ ਵੱਲ ਨੂੰ ਜਾ ਰਿਹਾ ਸੀ, ਮੈਂ ਦੇਖਿਆ ਜਰਨਲਿਸਟ ਉਧਰੋਂ ਵਾਪਸ ਆ ਰਹੇ ਸੀ, ਕੁਛ ਜਰਨਲਿਸਟ। ਮੇਰੀ ਗੱਡੀ ਨਹੀਂ ਸੀ, ਸਭ ਮੈਂ ਬਾਹਰ ਕਢਵਾਤਾ ਸੀ, ਕਿਉਂਕਿ ਤੁਹਾਡੀ ਪਲੈਨਿੰਗ ਬਹੁਤ ਬੈਟਰ ਹੋਣੀ ਚਾਹੀਦੀ ਹੈ। ਮੈਂ ਇਸ ਕੇਸ ਨੂੰ ਟਾਈਮ ਕਮ ਹੋਣ ਦੇ ਬਾਵਜੂਦ ਵੀ ਮੈਂ ਪਲੈਨ ਬਹੁਤ ਬੈਟਰ ਕੀਤਾ ਸੀ। ਪਲੈਨ ਕਿੱਦਾਂ ਕੀਤਾ ਸੀ? ਇੱਕ ਰਾਤ ਪਹਿਲੇ ਮੈਂ ਰਾਤ 11 ਆਪਣੇ ਦਫ਼ਤਰ ਤੋਂ ਨਿਕਲਿਆ। ਮੈਂ ਡਰਾਈਵਰ ਨੂੰ ਕਿਹਾ ਕਿ ਸਿੱਧਾ ਮੈਨੂੰ ਪੰਚਕੂਲੇ ਲੈ ਕੇ ਚੱਲ ਜਿੱਥੇ ਕੱਲ੍ਹ ਫੈਸਲਾ ਆਉਣਾ। ਅਸੀਂ ਉੱਥੇ ਗਏ, ਮੈਂ ਦੇਖਿਆ ਮੀਡੀਆ ਦੀ ਕਵਰੇਜ ਹੋ ਰਹੀ ਹੈ। ਉਸ ਚੌਂਕ 'ਚ ਮੈਂ ਤਕਰੀਬਨ 4 ਤੱਕ ਰਿਹਾ ਸਵੇਰੇ, ਸਾਰੇ ਪਾਸੇ ਉਹ ਲੱਗੇ। ਮੈਂ ਸਾਰਾ ਆਪਣਾ ਸਟਾਫ ਬੁਲਾਇਆ, ਮੈਂ ਉਹਨਾਂ ਨੂੰ ਕਿਹਾ ਕਿ ਕੱਲ੍ਹ ਸਾਡੀ ਕੋਈ ਗੱਡੀ ਇਸ ਚੌਂਕ ਦੇ 300 ਮੀਟਰ ਦੇ ਦਾਇਰੇ 'ਚ ਨਹੀਂ ਰਹੇਗੀ। ਉਹ ਕਹਿੰਦੇ ਸਰ ਕਵਰੇਜ ਕਿਵੇਂ ਕਰਾਂਗੇ? ਮੈਂ ਕਿਹਾ ਕਵਰੇਜ ਕਰਾਂਗੇ, ਮੇਰੇ ਨਾਲ 4 ਕੈਮਰਾਮੈਨ ਰਹਿਣਗੇ। ਮੈਂ ਅਗਰ ਮੰਨ ਲਓ, ਮੈਂ ਕਿਹਾ ਇਹ ਅਗਰ ਭੀੜ ਜੋ ਕਿ ਮੈਂ ਬਠਿੰਡਾ ਇਹਨਾਂ ਨੂੰ ਦੇਖਿਆ ਹੋਇਆ 2007 'ਚ, ਇਹ ਇੰਨੇ ਅਗਰੈਸਿਵ ਹੋ ਜਾਂਦੇ ਆ, ਇਹ ਸਭ ਕੁਝ ਤੋੜ ਦੇਣਗੇ। ਮੈਂ ਕਿਹਾ ਜੇ ਸਾਡੀ ਚੀਜ਼ਾਂ ਹੀ ਟੁੱਟ ਗਈਆਂ ਆਪਾਂ ਕਵਰੇਜ ਕੀ ਕਰਾਂਗੇ? ਸੋ ਸਾਰਿਆਂ ਨੂੰ ਇੱਥੇ ਰਹਿਣ ਦਿਓ, ਇਹ ਗਲਤ ਹੈ। ਅਸੀਂ 300 ਮੀਟਰ ਦੂਰ ਰੱਖਾਂਗੇ, ਤੁਸੀਂ ਵਾਇਰ ਪਾਓ ਜਿੱਥੇ ਤੱਕ ਵਾਇਰ ਆਉਂਦੀ ਹੈ। ਸਾਡੀ ਗੱਡੀਆਂ ਦੇ ਥੱਲੇ ਵਾਇਰ ਲੱਗੀ ਹੁੰਦੀ ਹੈ ਉਹ ਲਾਈਵ ਟੈਲੀਕਾਸਟ ਲਈ। ਮੈਂ ਕਿਹਾ ਜਿੱਥੇ ਤੱਕ ਵਾਇਰ ਆਏਗੀ ਓਕੇ, 3 ਕੈਮਰਾਮੈਨ ਮੇਰੇ ਨਾਲ ਰਹਿਣਗੇ। ਇੱਕ ਨੂੰ ਕਰਾਂਗਾ ਉਹ ਜਾ ਕੇ ਕਨੈਕਟ ਕਰ ਦੇਗਾ, ਇਨ ਬਿਟਵੀਨ ਦੂਜਾ ਜਾਏਗਾ, ਫਸਟ ਵਾਪਸ ਆ ਜਾਏਗਾ, ਮੈਂ ਥਰਡ ਨਾਲ ਕੰਮ ਚਲਾ ਲਾਂਗਾ। ਅਸੀਂ ਬੈਟਰ ਪਲੈਨ ਕੀਤਾ, 4 ਅਸੀਂ ਆ ਗਏ। ਮੈਂ ਅਲੱਗ ਅਲੱਗ ਸਪੋਟ 'ਤੇ ਅਲੱਗ ਅਲੱਗ ਆਪਣੇ ਆਦਮੀ ਲਗਾਏ ਕਿ ਮੈਂ ਕਿਤੇ ਵੀ ਟਰੈਵਲ ਕਰਕੇ ਜਾਵਾਂ ਤਾਂ ਮੈਨੂੰ ਦਿੱਕਤ ਨਾ ਆਵੇ। ਸੋ ਬੈਟਰ ਪਲੈਨਿੰਗ ਜ਼ਿੰਦਗੀ 'ਚ ਹਮੇਸ਼ਾ ਕੰਮ ਆਉਂਦੀ ਹੈ। ਅਗਰ ਤੁਹਾਡੀ ਪਲੈਨਿੰਗ ਨਹੀਂ ਹੈ, ਜਜ਼ਬਾ ਔਰ ਜਨੂਨ ਤੁਹਾਡੇ 'ਚ ਜਿੰਨਾ ਮਰਜ਼ੀ ਹੈ, ਤੁਸੀਂ ਪਲੈਨਿੰਗ ਦੇ ਪਾਰਟ 'ਤੇ ਫੇਲ ਹੋ ਜਾਓਗੇ। ਇਹਨਾਂ ਨੂੰ ਲੱਗਿਆ ਸਾਰੇ ਸਟਾਫ ਨੂੰ ਕਿ ਇਹਨਾਂ ਨੇ ਜ਼ਿਆਦਾ ਹੀ ਡਿਪਲੋਇਮੈਂਟ ਲਗਾਤਾ, ਇਹਦੀ ਲੋੜ ਨਹੀਂ ਪੈਣੀ। ਮੈਂ ਕਿਹਾ ਕੱਲ੍ਹ ਮੋਬਲਾਈਜ਼ ਕਰਨ ਦਾ ਟਾਈਮ ਨਹੀਂ ਮਿਲਣਾ, ਇਹ ਜਿਹੜੇ ਉਹ ਕਹਿੰਦੇ ਸਾਰੇ 4 ਜਣੇ ਐਂ ਕਰੀ ਜਾਂਦੇ। ਮੈਂ ਕਿਹਾ ਇਹ ਕੱਲ੍ਹ ਕੁਛ ਨਹੀਂ ਮਿਲਣਾ, ਤੁਸੀਂ ਦੇਖ ਲੈਣਾ, ਤੁਸੀਂ ਮੇਰੇ ਅਕੋਰਡਿੰਗਲੀ ਚੱਲੋ, ਮੈਂ ਬਹੁਤ ਰਾਇਡਸ ਕਵਰ ਕੀਤੇ ਹੈ, ਚਲੋ। ਸ਼ਾਇਦ ਉਹ ਪਲੈਨਿੰਗ ਅੱਜ ਮੇਰੇ ਸਟਾਫ 'ਚ ਜਾਊਗੀ ਤਾਂ ਉਹ ਕਹਿਣਗੇ ਵੀ ਇਹਨਾਂ ਤੋਂ ਪੁੱਛੋ ਕਿਵੇਂ ਡਿਪਲੋਇਮੈਂਟ ਲਗਾਉਣਾ। ਅਸੀਂ ਉਹੀ ਕੰਮ ਕੀਤਾ। ਹੁਣ ਦੁਬਾਰਾ ਅੱਗੇ ਫਾਸਟ ਫਾਰਵਰਡ ਕਰਕੇ ਅੱਗੇ ਆਉਂਦੇ ਹਾਂ। ਜਦੋਂ ਫੈਸਲਾ ਆ ਗਿਆ ਸ਼ੈੱਲ ਚੱਲਦੇ ਸੁਣੇ, ਮੈਂ 3 ਟੀਮਾਂ ਨੂੰ ਕਿਹਾ ਵੀ ਤੁਸੀਂ ਫੋਲੋ ਕਰੋ, ਆਪਾਂ ਅੱਗੇ ਵਧੇ। ਸਾਡੇ ਕੋਲ ਗੱਡੀ ਨਹੀਂ ਸੀ ਕੋਈ, ਕਿਉਂਕਿ ਅਸੀਂ ਆਪਣਾ ਸਾਰਾ ਇਨਫਰਾਸਟ੍ਰਕਚਰ ਔਰ ਟੱਚਵੁੱਡ ਮਤਲਬ ਮਾਈਨਰ ਇੰਜਰੀ ਮੇਰੇ ਹੋਈ, ਮੇਰੇ 2 ਕੈਮਰਾਮੈਨ ਇੰਜਰਡ ਹੋਏ, ਬਟ ਆਫਟਰ ਦੈਟ ਕੋਈ ਵੀ ਮੇਰਾ ਐਸਟ ਕੋਈ ਡੈਮੇਜ ਨਹੀਂ ਹੋਇਆ ਇੰਨੇ ਵਾਇਲੈਂਸ 'ਚ। ਔਰ ਐਸਟ ਡੈਮੇਜ ਨਾ ਹੋਣ ਦਾ ਇੱਕੋ ਹੀ ਵਜ੍ਹਾ ਸੀ, ਬੈਟਰ ਪਲੈਨਿੰਗ, ਮੋਟੀਵੇਸ਼ਨ। ਆਪਣੇ ਸਟਾਫ ਨੂੰ ਮੋਟੀਵੇਟ ਕੀਤਾ ਕਿ ਤੁਸੀਂ ਕਿਵੇਂ ਅੱਗੇ ਵੱਧ ਕੇ ਅਸੀਂ ਕਵਰੇਜ ਕਰਨੀ ਹੈ ਵਿਦਆਊਟ ਐਨੀ ਲੋਸ। ਸਾਡੀ ਕੰਪਨੀ ਦਾ ਕੋਈ ਲੋਸ ਨਹੀਂ ਸੀ, ਮੈਂ ਔਨ ਰਿਕਾਰਡ ਹੀ ਕਹਿ ਰਿਹਾ, ਨੋ ਲੋਸ। ਸੋ ਅਗਰ ਤੁਸੀਂ ਆਪਣੇ ਕੰਮ ਨੂੰ ਪਲੈਨ ਕੀਤਾ ਹੈ ਠੀਕ ਢੰਗ ਨਾਲ, ਤਾਂ ਤੁਹਾਡਾ ਫੀਲਡ 'ਚ ਪਰਫੋਰਮ ਕਰਨਾ ਆਸਾਨ ਹੁੰਦਾ ਹੈ। ਇਸ ਪੂਰੀ ਜੋ ਤੁਹਾਨੂੰ ਮੈਂ ਗੱਲ ਸੁਣਾਈ ਹੈ, ਹਕੀਕਤ ਸੁਣਾਈ ਹੈ, ਉਸ ਹਕੀਕਤ ਦੇ ਪਿੱਛੇ ਇਹ ਹੈ ਕਿ ਆਪਣੀ ਜ਼ਿੰਦਗੀ ਦੇ ਹਰ ਕੰਮ ਨੂੰ ਪਲੈਨ ਕਰੋ। ਅਗਰ ਤੁਹਾਡੀ ਪਲੈਨਿੰਗ ਬੈਟਰ ਹੈ ਤਾਂ ਤੁਸੀਂ ਜਦੋਂ ਉਹਦੇ 'ਤੇ ਅੱਗੇ ਵਧੋਗੇ ਤਾਂ ਤੁਹਾਨੂੰ ਉਸ ਰਸਤੇ ਦੀਆਂ ਔਕੜਾਂ ਤੋਂ ਡਰਨ ਦੀ ਲੋੜ ਨਹੀਂ ਪਏਗੀ। ਸੋ ਇਹ ਜ਼ਿੰਦਗੀ ਦਾ ਉਸ ਕੇਸ ਤੋਂ ਮੈਂ ਸਿੱਟਾ ਲਿਆ। ਦੂਜਾ ਲੋਕਾਂ ਨੇ ਮੈਨੂੰ ਜਦੋਂ ਅਸੀਂ ਖਤਮ ਕਰਕੇ ਬੈਠ ਗਏ, ਇੱਕ ਸਕੂਟੀ ਖੜੀ ਸੀ, ਬਹੁਤ ਥੱਕੇ ਆ ਰਹੇ ਸੀਗੇ ਅਤੇ ਬਹਿ ਗਏ 6, ਜਦੋਂ ਲੋਕ ਬਹੁਤ ਸਾਰੇ ਆਏ ਤਾਂ ਸਾਨੂੰ ਪਤਾ ਲੱਗਿਆ ਕਿ ਯਾਰ ਕੋਈ ਵੱਡੀ ਚੀਜ਼ ਹੋ ਗਈ ਹੈ। ਉਦੋਂ ਤੱਕ ਸਾਡੇ ਲਈ ਉਹ ਰੂਟੀਨ ਕਵਰੇਜ ਸੀ। ਇਸ ਤੋਂ ਪਹਿਲਾਂ ਵੀ ਮੈਂ ਇਹ ਕਹਿੰਦਾ ਰਿਹਾ ਕਿ ਕੋਈ ਸਾਡੇ ਲਈ ਵੱਡੀ ਕਵਰੇਜ, ਲੋਕਾਂ ਨੇ ਆ ਕੇ ਕਿਹਾ ਜੀ ਪੰਚਕੂਲਾ ਦੇ ਲੋਕ ਆ ਕੇ ਜਦੋਂ ਪੀਸ ਹੋ ਗਿਆ ਜੀ, ਮੈਨੂੰ ਤਾਂ ਲੱਗਿਆ ਕਿ ਕਿਆ ਇਸ ਤਰ੍ਹਾਂ ਹੋ ਗਿਆ। ਉਹ ਕਹਿੰਦੇ ਜੀ ਟੈਲੀਵਿਜ਼ਨ 'ਤੇ ਹੋਰ ਚੀਜ਼ ਹੀ ਨਹੀਂ ਨਜ਼ਰ ਆਈ ਕੋਈ ਸਾਨੂੰ ਸਵਾ ਪੰਚਕੂਲਾ ਦੇ ਇੱਥੋਂ ਕਵਰੇਜ ਤੋਂ। ਸੋ ਹਰ ਵੱਡਾ ਕੰਮ ਆਸਾਨ ਹੋ ਸਕਦਾ ਹੈ ਅਗਰ ਇਨਸਾਨ ਵਧੀਆ ਤਰੀਕੇ ਨਾਲ ਸੋਚ ਕੇ ਔਰ ਇਹ ਮਨ 'ਚ ਠਾਣ ਲਏ ਕਿ ਕਰਨਾ ਮੈਂ ਹੀ ਹੈ। ਔਰ ਜ਼ਿੰਦਗੀ 'ਚ ਇੱਕ ਗੱਲ ਹੋਰ ਹਮੇਸ਼ਾ ਯਾਦ ਰੱਖਣਾ, ਅਗਰ ਇੱਕ ਭੀੜ 'ਚ ਤੁਸੀਂ ਭੀੜ ਦਾ ਹਿੱਸਾ ਹੋ ਤਾਂ ਤੁਸੀਂ ਕੁਛ ਨਹੀਂ ਹੋ। ਉਸ ਭੀੜ 'ਚ ਤੁਹਾਡਾ ਕੰਮ ਬਾਕੀਆਂ ਨਾਲੋਂ ਅਲੱਗ ਕਿਵੇਂ ਦਿਖ ਰਿਹਾ ਹੈ ਉਹ ਵੈਲਿਊ ਕਰਦਾ ਹੈ। ਅਸਲੀ ਗੱਲ ਭੀੜ 'ਚੋਂ ਅਲੱਗ ਦਿਖ ਕੇ ਪਰਫੋਰਮ ਕਰਨ ਦੀ ਕਰੋਗੇ ਨਾ, ਫਿਰ ਤੁਹਾਡੀ ਅਸਲ
ਦਿਮਾਗ ਦੀ, ਤੁਹਾਡੇ ਜਜ਼ਬੇ ਦੀ, ਤੁਹਾਡੇ ਜਨੂੰਨ ਦੀ, ਤੁਹਾਡੀ ਬੁੱਧੀ ਦੀ, ਤੁਹਾਡੀ ਮਿਹਨਤ ਦੀ ਕਦਰ ਪਏਗੀ। ਅੱਜ ਦੀ ਡੇਟ 'ਚ ਅੱਛੇ ਕੰਮ ਕਰਨ ਵਾਲਿਆਂ ਦੀ ਹਰ ਫੀਲਡ 'ਚ ਕਮੀ ਹੈ, ਚਾਹੇ ਜਰਨਲਿਜ਼ਮ ਹੋਏ, ਚਾਹੇ ਆਫਿਸਰ ਹੋਣ, ਚਾਹੇ ਪੋਲੀਟੀਸ਼ੀਅਨ ਹੋਣ, ਹਰ ਜਗ੍ਹਾ, ਚਾਹੇ ਕਾਰਪੋਰੇਟ ਸੈਕਟਰ ਨੂੰ ਲੈ ਲਓ। ਤੋ ਅਗਰ ਤੁਹਾਡੇ 'ਚ ਚੰਗਾ ਕਰਨ ਦਾ ਜਨੂੰਨ ਹੈ, ਚੰਗਾ ਕਰਨ ਦੀ ਲਗਨ ਹੈ, ਮਿਹਨਤ ਤੋਂ ਪਿੱਛੇ ਨੂੰ ਹਟਦੇ ਹੋ, ਤੁਹਾਨੂੰ ਹਰ ਜਗ੍ਹਾ ਇੱਜ਼ਤ ਮਿਲੇਗੀ। ਇਹ ਮੈਂ ਸ਼ਰਤੀਆ ਦਾਅਵਾ ਕਰਕੇ ਕਹਿ ਸਕਦਾ, ਤੁਸੀਂ ਅਜ਼ਮਾ ਕੇ ਦੇਖ ਲਓ ਇਹ ਗੱਲ, ਔਰ ਅਗਰ ਨਹੀਂ ਪੂਰੀ ਹੋਏਗੀ ਤਾਂ ਤੁਸੀਂ ਕਹਿ ਦੇਣਾ ਕਿ ਤੂੰ ਦੋਸ਼ੀ ਹੈ। ਤੁਸੀਂ ਵੀ ਕਰਕੇ ਦੇਖੋ, ਬੇਸ਼ੱਕ ਉੱਥੇ ਤੁਹਾਡਾ ਕੋਈ ਮਾਈ ਬਾਪ ਨਹੀਂ ਹੈ, ਤੁਹਾਡਾ ਕੋਈ ਉਹਦੇ ਪਿੱਛੇ ਐਸਟ ਨਹੀਂ ਹੈ, ਤੁਸੀਂ ਸਕਸੈਸ ਹੋ ਜਾਓਗੇ, ਤੁਹਾਡਾ ਬਿਜ਼ਨਸ ਹੈ, ਤੁਸੀਂ ਮਿਹਨਤ ਕਰਕੇ ਦੇਖ ਲਓ, ਤੁਹਾਡੇ ਇੰਪਲੋਈ ਮਿਹਨਤ ਵਾਲੇ ਹੋ ਜਾਣਗੇ। ਜਿਹੜਾ ਇਨਸਾਨ ਇਹ ਕਰ ਜਾਂਦਾ, ਉਹਦੇ ਫੇਲ ਹੋਣ ਦਾ ਕੋਈ ਸਵਾਲ ਹੀ ਨਹੀਂ, ਮਤਲਬ ਹੀ ਨਹੀਂ ਕਿ ਉਹ ਫੇਲ ਹੋ ਜਾਵੇ। ਔਰ ਜਿਹੜਾ ਇਹਨਾਂ ਚੀਜ਼ਾਂ ਤੋਂ ਭੱਜਣ ਲੱਗ ਜਾਂਦਾ, ਇੱਕ ਵਾਰੀ ਤੁਸੀਂ ਲਾਈਨ 'ਚ ਪਿੱਛੇ ਹੋ ਗਏ, ਤੁਸੀਂ ਅੱਗੇ ਨਹੀਂ ਹੋ ਪਾਓਗੇ, ਪਿੱਛੇ ਹੀ ਜਾਂਦੇ ਜਾਓਗੇ, ਕਿਉਂਕਿ ਮੈਂਟਲੀ ਅਸੀਂ ਇਹ ਸੋਚ ਲੈਂਦੇ ਹਾਂ ਕਿ ਯਾਰ ਇਹ ਐਫਰਟ ਕੀਤਾ, ਇਹ ਕਾਮਯਾਬ ਨਹੀਂ ਹੋਇਆ, ਛੱਡ ਦੇ। ਬਸ ਸਾਡੀ ਹਾਰ ਦਾ ਇਹੀ ਇੱਕ ਕਾਰਨ ਹੁੰਦਾ ਕਿ ਅਸੀਂ ਵਾਟ ਨੈਕਸਟ ਇਹ ਨਹੀਂ ਸੋਚਦੇ ਵੀ ਯਾਰ ਇਸ ਤੋਂ ਬਾਅਦ ਕੀ ਹੋ ਸਕਦਾ, ਅਗਲਾ ਰਸਤਾ ਕੀ ਹੈ। ਤੀਜਾ, ਜ਼ਿੰਦਗੀ 'ਚ ਕਦੀ ਸ਼ਾਰਟਕੱਟ ਨਾ ਲੱਭੋ। ਜਗਵਿੰਦਰ ਪਟਿਆਲ ਜੋ 1500 ਰੁਪਏ 'ਚ ਸੀਗਾ, ਉਹੀ ਅੱਜ ਹੈ। ਜੋ ਪਹਿਲੇ ਮਹੀਨੇ ਦੀ ਤਨਖਾਹ ਸੀਗੀ, ਅੱਜ ਵੀ ਸੋਚ ਉਹੀ ਹੈ। ਔਰ ਹਮੇਸ਼ਾ ਆਪਣੀ ਸੋਚ ਨੂੰ ਪੋਜ਼ਿਟਿਵ ਦਿਸ਼ਾ 'ਚ ਅੱਗੇ ਵਧਾਓ। ਜਿਹੜਾ ਆਦਮੀ ਸ਼ਾਰਟਕੱਟ ਲੱਭਣ ਦੀ ਕੋਸ਼ਿਸ਼ ਕਰਦਾ, ਉਹ ਜ਼ਿੰਦਗੀ 'ਚ ਉਹਦਾ ਸਕਸੈਸ ਹੋਣਾ ਬਹੁਤ ਮੁਸ਼ਕਿਲ ਹੁੰਦਾ। ਕੇਸ ਸਟੱਡੀ ਦੇ ਤੌਰ 'ਤੇ, ਆਪਣੀ ਜ਼ਿੰਦਗੀ ਦੇ ਤਜਰਬੇ ਦੇ ਤੌਰ 'ਤੇ ਮੈਂ ਇਹ ਗੱਲ ਕਹਿ ਸਕਦਾ ਕਿ ਜ਼ਿੰਦਗੀ 'ਚ ਸ਼ਾਰਟਕੱਟ ਲਈ ਬੜੇ ਰਸਤੇ ਆਉਂਦੇ ਹੈ, ਪਰ ਚਾਹੇ ਕੰਮ ਹੋਵੇ, ਚਾਹੇ ਤੁਹਾਡੀ ਵੈਲਥ ਹੋਵੇ, ਕਦੀ ਸ਼ਾਰਟਕੱਟ ਰਸਤੇ ਵੱਲ ਨਾ ਤੁਰਨਾ, ਕਿਉਂਕਿ ਇੱਕ ਇਮਤਿਹਾਨ ਦਾ ਵੇਲਾ ਹੁੰਦਾ, ਉਹ ਵੇਲਾ ਜਦੋਂ ਪਾਰ ਹੋ ਜਾਂਦਾ, ਉਸ ਤੋਂ ਬਾਅਦ ਪਰਮਾਤਮਾ ਤੁਹਾਨੂੰ ਇੰਨਾ ਦੇ ਦਿੰਦਾ ਜਿੰਨੀ ਤੁਸੀਂ ਕਾਮਨਾ ਨਹੀਂ ਕੀਤੀ ਹੁੰਦੀ। ਬਟ ਉਹਦੇ ਟੈਸਟ 'ਚ ਪਾਸ ਹੋਣਾ ਜ਼ਰੂਰੀ ਹੁੰਦਾ। ਉਹ ਟੈਸਟ ਕਦੀ ਕੰਮ ਦੀ ਸ਼ਕਲ 'ਚ ਤੁਹਾਡੇ ਅੱਗੇ ਆਏਗਾ, ਕਦੀ ਚੈਲੇਂਜ ਦੀ ਸ਼ਕਲ 'ਚ ਤੁਹਾਡੇ ਅੱਗੇ ਆਏਗਾ। ਔਰ ਅਗਰ ਤੁਸੀਂ ਉਸ ਟੈਸਟ 'ਚ ਪਾਸ ਹੋ ਗਏ, ਫਿਰ ਤੁਹਾਨੂੰ ਕੋਈ ਦਿੱਕਤ ਨਹੀਂ ਹੈ। ਸੋ ਅੱਜ ਦੀ ਗੱਲ ਇੱਥੇ ਮੁਕਾਉਂਦੇ ਹਾਂ ਕਿ ਜ਼ਿੰਦਗੀ 'ਚ ਮਿਹਨਤ, ਲਗਨ, ਜੋਸ਼, ਜਜ਼ਬਾ, ਜਨੂੰਨ, ਨੋ ਸ਼ਾਰਟਕੱਟ। ਅਗਰ ਤੁਹਾਡੀ ਜ਼ਿੰਦਗੀ 'ਚ ਇਹ ਹੈ, ਤੇ ਮੇਰਾ ਦਾਅਵਾ ਹੈ ਸਫਲਤਾ ਤੁਹਾਡੇ ਨਾਲ ਹੈ। ਥੈਂਕ ਯੂ ਵੈਰੀ ਮਚ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ, ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।